डॉक्टर बहुत सोहना वा आप जी खुद नजर लगा सकते हो पब्लिक का बिहेवियर किदां दा होएगा ये आप जी दे उत्ते छड्डे सारा धन्यवाद जी बहुत बहुत मेरा कपूरथला सिविल हॉस्पिटल ट्रीटमेंट चल रहा है पैर के फ्रैक्चर का तो मैं जो उन्होंने को प्लस्तर लगवा गई डॉक्टर साहब तुषार तो सिविल हॉस्पिटल कपूरथला तो उन्होंने मैंने कहा कि प्लस्तर तुम बाहरों लैके आओ अंदर कोई तुम्हें नहीं मिलना कोई सुविधा नहीं मिलनी इस चीज़ के लिए तो मैं क्या सर इस फैसिलिटीज़ तो सरकार वालों फ्री मिलती है प्लस्तर के बारे कहते नहीं जी तुम तुम्हें लाइट वेट बाहरों लैके आना पैना तो मैं सामने मेरे को है रॉयल मैडिकल हॉल है इन्हों के मेरे को बिल वगैरह भी सारे है जेडे जिन्हें का हैगा है तो इन्हों को मैं प्लस्तर लैके आई उस तो बाद चलो प्लस्तर ले आई उस तो बाद फिर दोबारा जाने के तीन चार चक्कर लगवाए फिर कहते ग्लव्स लैके आओ ग्लव्स भी लैके आने पैने मैं सर वो तो तुम्हें फ्री मिलते हैं सारे इतने मतलब सहूलत हैगी है तुहाडे कोल एमरजेंसी जां तुसीं जिससे भी कोई भी अपना ऑपरेशन थिएटर तो फ्री होंगे है सारे कहते हैं जी फिर उस तो बाद चलो ये हो गया फिर आफ्टर 45 डेज तो बाद जो मैं गई हाँ रिमूव करवा तो कहन लगे ये असी रिमूव नहीं करना तुम इस तरह करो इन बार बिल्डिंग वाले को करवाओ रिमूव मैं क्या सर ये तो तुम लगाया है तुम रिमूव करना है तो असी उन्हों की यह गल सुन के तो बाद असी वापस आ गए नैक्सट डे जो फिर मैं गई हाँ फिर दोबारा मैं उन्होंने कहा मैं सर कोई भी बाहरों नहीं बिल्डिंग वाला कहता असी साढ़े को वड्डिया मशीन कट रहा तुहाडी लत्त वड्डी जाऊगी काम साडा नहीं है डॉक्टर का है डॉक्टर ने लगाया तो उन्हें ही रिमूव करना उस तो बाद भी डॉक्टर साहब ने तुषार जी ने सब मैंने साफ इनकार कर दिता तो फिर मैं उन्होंने कहा सर देखो मैं तुहाडी कंप्लेन नहीं करन लगी पर ਤੁਹਾਡੀ ਡਿਊਟੀ ਬਣਦੀ ਹੈ ਤੁਸੀਂ ਪਲਸਤਰ ਲਾਇਆ ਜਾਂ ਫਿਰ ਤੁਸੀਂ ਡਾਕਟਰ ਹੀ ਨਾ ਬਣੋ ਫਿਰ ਜੇ ਤੁਸੀਂ ਪੂਰਾ ਕੰਮ ਨਹੀਂ ਕਰਨਾ ਜਾਂ ਫਿਰ ਪਲਸਤਰ ਹੀ ਨਾ ਲਗਾਓ ਪਰ ਇੰਨੇ ਗੱਲਾਂ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਮਤਲਬ ਅਨਸੁਣਾਈ ਨਾ ਕਰ ਦਿੱਤਾ ਉਸ ਤੋਂ ਬਾਅਦ ਮੈਂ ਵਾਪਸ ਆ ਗਈ ਮੈਂ ਪ੍ਰਾਈਵੇਟ ਆਪਣਾ ਰਿਮੂਵ ਕਰਵਾਇਆ ਕਿਉਂਕਿ ਮੇਰੇ ਕਾਫੀ ਟਾਈਮ ਹੋ ਚੁੱਕਾ ਸੀ ਮੇਰੀ ਲੱਤ ਵੀ ਖਰਾਬ ਹੋ ਸਕਦੀ ਸੀ ਤਾਂ ਬਾਕੀ ਦੇਖੋ ਸਰਕਾਰ ਦੇ ਇਹ ਸਹੂਲਤ ਹੋਣ ਦੇ ਬਾਵਜੂਦ ਵੀ ਸਾਨੂੰ ਸਰਕਾਰੀ ਡਾਕਟਰ ਕੀ ਸਹੂਲਤ ਦੇ ਰਹੇ ਆ ਮੈਨੂੰ ਇਹਦੇ ਬਾਰੇ ਕੁਛ ਨਹੀਂ ਪਤਾ ਬਾਕੀ ਇਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਇਹਨਾਂ 'ਤੇ ਡਾਕਟਰਾਂ 'ਤੇ ਵੀ ਜਾਂ ਤਾਂ ਤੁਸੀਂ ਪੂਰੇ ਡਾਕਟਰ ਨਾਲ ਬਣੋ ਜਾਂ ਫਿਰ ਪੂਰਾ ਟ੍ਰੀਟਮੈਂਟ ਆਪਣਾ ਕਰੋ ਦੇਖੋ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਸਰਕਾਰੀ ਹਸਪਤਾਲ 'ਤੇ ਤੁਸੀਂ ਇਸ ਮੁੱਦੇ ਨੂੰ ਲੈ ਕੇ ਆਏ ਹੋ ਐਜ ਏ ਸਮਾਜ ਸੇਵਕ ਮੈਂ ਅਨਿਲ ਸ਼ੁਕਲਾ ਕੁਲਦੀਪ ਜੀ ਅਤੇ ਬਾਬਾ ਜੀ ਮੇਰੇ ਨਾਲ ਨੇ ਜੋ ਦਾਅਵੇ ਇਸ ਟਾਈਮ ਸਰਕਾਰੀ ਹਸਪਤਾਲ ਦੇ ਵਿੱਚ ਸੇਵਾ ਦੀ ਕੀਤੀ ਜਾਂਦੀ ਆ ਕਿ ਡਾਕਟਰ ਸਾਹਿਬ ਇਹ ਸਾਰੇ ਕੰਮ ਕਰ ਰਹੇ ਨੇ ਮੈਨੂੰ ਨਹੀਂ ਪਤਾ ਲੋਕ ਜਾਣ ਬੁੱਝ ਕੇ ਕਰਦੇ ਆ ਕਿ ਇੱਕ ਸਰਕਾਰੀ ਹਸਪਤਾਲ ਨੂੰ ਜ਼ਿਲ੍ਹੇ ਦੇ ਹਸਪਤਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਆ ਤੁਸੀਂ ਸਿਰਫ ਇਹ ਗੱਲ ਕਹਿ ਰਹੇ ਹੋ ਹੁਣ ਇੱਕ ਪੇਸ਼ੈਂਟ ਸੀਗੇ ਅਸ਼ੋਕ ਕੁਮਾਰ ਜੀ ਉਹਨਾਂ ਦਾ ਬੇਟਾ ਦਾਖਲ ਆ ਅਤੇ ਇੱਥੇ ਐਕਸਰੇ ਕਰਾਉਣੇ ਸੀਗੇ ਮਰੀਜ਼ ਨੂੰ ਕਿਹਾ ਜਾ ਰਿਹਾ ਤੁਸੀਂ ਐਕਸਰੇ ਕਰਾਉਣ ਜਾਓ ਜੀ ਆਪਣੇ ਫੱਤੂ ਢਿੰਗੇ ਤੁਸੀਂ ਹੁਣ ਦੱਸੋ ਕਪੂਰਥਲਾ ਇੱਕ ਜ਼ਿਲ੍ਹੇ ਦਾ ਹਸਪਤਾਲ ਹੋਵੇ ਅਤੇ ਜ਼ਿਲ੍ਹੇ ਦੇ ਹਸਪਤਾਲ 'ਚ ਬੰਦਾ ਪਿੰਡ ਦੇ ਹਸਪਤਾਲ 'ਚ ਜਾ ਕੇ ਐਕਸਰੇ ਕਰਾਉਣਾ ਆਊਗਾ ਇੱਕ ਤਾਂ ਇਹ ਗੱਲ ਨੋਟ ਕੀਤੀ ਜਾਵੇ ਸੈਕਿੰਡ ਥਿੰਗ ਕੀ ਆ ਕੱਲ੍ਹ ਇੱਕ ਲੇਡੀ ਦਾ ਮੈਨੂੰ ਫੋਨ ਆਇਆ ਜੀ ਮੈਂ ਤੁਹਾਨੂੰ ਉਹਦੀ ਫੋਨ ਨੰਬਰ ਅਤੇ ਡਿਟੇਲ ਸਾਰਾ ਕੁਝ ਦੇ ਦੂੰਗਾ ਉਸ ਲੇਡੀ ਨੇ ਆਪਣਾ ਪਲਸਤਰ ਕਰਾ ਕੇ ਗਈ ਜੀ 45 ਦਿਨ ਪਹਿਲਾਂ ਅਤੇ ਇੱਥੇ ਡਾਕਟਰ ਤੁਸ਼ਾਰ ਨੇ ਡਾਕਟਰ ਤੁਸ਼ਾਰ ਉਸ ਲੇਡੀ ਨੂੰ ਕਹਿੰਦੇ ਆ ਕਿ ਪਲਸਤਰ ਆਪਣਾ ਵੈਲਡਿੰਗ ਵਾਲੀ ਦੁਕਾਨ 'ਤੇ ਕਟਾਇਓ ਸਾਡੇ ਕੋਲ ਪਲਸਤਰ ਕੱਟਣ ਦੀ ਕੋਈ ਸੁਵਿਧਾ ਉਪਲਬਧ ਨਹੀਂ ਹੈਗੀ ਇੱਥੇ ਕੋਈ ਇੰਜੈਕਸ਼ਨ ਦੀ ਸੁਵਿਧਾ ਉਪਲਬਧ ਨਹੀਂ ਇੱਥੇ ਕੋਈ ਐਕਸਰੇ ਦੀ ਸੁਵਿਧਾ ਉਪਲਬਧ ਨਹੀਂ ਇੱਥੇ ਕੋਈ ਦਵਾਈਆਂ ਦੀ ਸੁਵਿਧਾ ਉਪਲਬਧ ਨਹੀਂ ਫਿਰ ਸਰਕਾਰੀ ਹਸਪਤਾਲ ਨਾਮ ਦਾ ਕਿਉਂ ਬਣਾਇਆ ਗਿਆ ਇਸ ਹਸਪਤਾਲ ਨੂੰ ਸਿਰਫ ਇੱਕ ਰੈਫਰ ਸੈਂਟਰ ਬਣਾਇਆ ਗਿਆ ਅਤੇ ਤਨਖਾਹਾਂ ਮੋਟੀਆਂ ਮੋਟੀਆਂ ਲਿੱਤੀਆਂ ਜਾ ਰਹੀਆਂ ਮੇਰੀ SMO ਸਾਹਿਬ ਨੂੰ CMO ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਆਪ 'ਚ ਸੁਧਾਰ ਕਰੋ ਅਗਰ ਇੱਥੇ ਕੋਈ ਇੰਸਟਰੂਮੈਂਟ ਕਮੀ ਆ ਤਾਂ ਉੱਤੇ ਲਿਖ ਕੇ ਉਹਨੂੰ ਮੰਗਾਉਣ ਦੀ ਬੇਨਤੀ ਕਿਰਪਾਲਤਾ ਕਰੋ ਨਹੀਂ ਤਾਂ ਇੱਕ ਅੰਦੋਲਨ ਕੀਤਾ ਜਾਏਗਾ ਅਤੇ ਜਾਂ ਤਾਂ ਆਪਣੇ ਆਪਣੇ ਅਸਤੀਫੇ ਦੇ ਕੇ ਆਪਣੇ ਆਪਣੇ ਘਰ ਚਲੇ ਜਾਓ ਬੇਟਾ ਦਾਖਲ ਆ ਜੀ 3-4 ਦਿਨ ਹੋ ਗਏ ਕੋਈ ਡਾਕਟਰ ਨੇ ਬਾਤ ਨਹੀਂ ਪੁੱਛੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇੱਕ ਮੈਂ ਸਵੇਰੇ ਮੈਡਮ ਨਾਲ ਗੱਲ ਕੀਤੀ MC ਸਾਹਿਬ ਨਾਲ ਵੀ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਅਤੇ ਮਿਸ ਗਾਈਡ ਕੀਤਾ ਉਹਨੇ ਬਹੁਤ ਜ਼ਿਆਦਾ ਕਹਿੰਦੀ ਮੈਂ MC ਕਿਸੇ ਨੂੰ ਨਹੀਂ ਜਾਣਦੀ ਹਾਂਜੀ ਅਤੇ ਮੈਨੂੰ ਕਹਿੰਦੀ ਜੇ ਤੁਹਾਡੀ ਕੁੜੀ ਦੇ ਨਾਲ ਕੋਈ ਕਿਸੇ ਨੂੰ ਗੱਲ ਕਰਨੀ ਚਾਹੀਏ ਤਾਂ ਤੁਸੀਂ ਪੇਪਰ ਕਰਾਓਗੇ ਮੈਂ ਕਿਹਾ ਜੀ ਇਹ ਸੰਵਿਧਾਨ ਸਾਡਾ ਕਹਿੰਦਾ ਇਹ ਕਿਹਾ ਤੁਸੀਂ ਡਾਕਟਰ ਹੋ ਮੌਕੇ 'ਤੇ ਤੁਸੀਂ ਡਾਕਟਰ ਹੋ ਤੁਸੀਂ ਤਾਂ ਹਰ ਇੱਕ ਦੀ ਗੱਲ ਸੁਣੀ ਹੈ ਜੇ ਤਾਂ ਤੁਸੀਂ ਨਹੀਂ ਸੁਣਨੀ ਉਹਨਾਂ ਨੇ MC ਸਾਹਿਬ ਨੂੰ ਵੀ ਕਹਿ ਦਿੱਤਾ ਵੀ MC ਸਾਹਿਬ ਕੌਣ ਹੁੰਦੇ ਅਸੀਂ MC ਨੂੰ ਜਾਣਦੇ ਨਹੀਂ ਕੌਣ ਹੁੰਦੇ ਕੰਮ ਦੀ ਗੱਲ ਹੋਈ ਸੀ ਜੀ ਮੈਂ ਆਉਣਾ ਕੰਮ ਤੋਂ ਪੈ ਲੈਣ ਗਿਆ ਸੀਗਾ ਆਪਣੇ ਅਤੇ ਅੱਗੇ ਆਉਣਾ ਮੈਂ ਆਪਣੇ ਡੈਡੀ ਅਤੇ ਅੱਗੇ ਆਉਣਾ 15-20 ਜਣੇ ਸਾਨੂੰ ਪੈ ਗਏ ਹਿਸਾਬ ਕਰਾਉਣ ਦੇ ਅਤੇ ਉਸ ਤੋਂ ਬਾਅਦ ਮੈਂ ਇੱਥੇ ਹੋਸਪਿਟਲ ਦਾਖਲ ਹੋਇਆ ਹਾਂ ਅਤੇ ਉਦਣ ਦਾ ਕੋਈ ਡਾਕਟਰ ਨਹੀਂ ਆ ਰਿਹਾ ਕੋਈ ਇਲਾਜ ਨਹੀਂ ਹੋ ਰਿਹਾ ਅਤੇ ਨਾ ਐਕਸਰਾ ਹੋਇਆ ਜੀ ਉਹਨੇ ਕੱਲ੍ਹ ਐਕਸਰਾ ਅੱਜ ਲਿਖ ਦਿੱਤਾ ਤਾਂ ਐਕਸਰੇ ਵਾਲੀ ਮਸ਼ੀਨ ਵੀ ਕੱਲ੍ਹ ਦੀ ਖਰਾਬ ਹੋਈ ਪਈ ਆ ਤਾਂ ਮੈਨੂੰ ਕਹਿੰਦੇ ਵੀ ਫੱਤੂ ਢਿੱਲੀ ਜਾ ਤਾਂ ਮੇਰੇ ਕੋਲ ਹਿੰਦ ਨਹੀਂ ਹੋ ਰਿਹਾ ਜੀ ਮੈਨੂੰ ਦੱਸੋ ਕਿੱਦਾਂ ਇਲਾਜ ਹੋ ਰਿਹਾ ਐਕਸਰੇ ਮਸ਼ੀਨਾਂ ਦੇ ਜਿਹੜੇ ਡਿਪਾਰਟਮੈਂਟ ਆ ਉਹ ਕਹਿੰਦੇ ਜੀ 5 ਦਿਨ ਬਾਅਦ ਆਇਓ ਇਹੋ ਜੀ ਸਰਕਾਰ ਦੇ ਪਹਿਲਾਂ ਵੀ ਇੱਥੇ ਸਰਕਾਰਾਂ ਆਈਆਂ ਗਈਆਂ ਵਾ ਪਰ ਇੱਦਾਂ ਦਾ ਹਾਲ ਨਹੀਂ ਸੀ ਹਸਪਤਾਲਾਂ ਦਾ ਜਿਹੜਾ ਅੱਜ ਹੋਇਆ ਪਿਆ
मरीज अज मर रहा उन्होंने कहते 5 दिन बाद आए मशीन खराब है। तो असी बेनती करते हैं सरकार मुख्यमंत्री भगवंत मान को बड़े चाण आ तुहानू लोगों ने आप महारे होकर वोटा पाइया सी होर नहीं कुछ तो इन्हों सेहत सहूलत जड़िया मुहैया कराओ हस्पतालों के लोग दवाइया दुखो एक्सरे मशीन दुखो ताे डिपार्टमेंट की कमी दुखो मर रहे हैं। जी साइड सिविल हॉस्पिटल की एक्सरे मशीन है वो परसों तो खराब हो गई है और वो रिपेयर वास्ते असी किया तो एक कंपोनेंट असी मंगाया है जोड़ा कि कल तक पहुँचेगा। इस करके जब तक वो नहीं आ रहे तो जोड़े एमरजेंसी केसिज है उन्होंने एक्सरे वगैरह असी बारों करवा रहे हैं कृष्णा लैब च भी हो रहा और MLC के एक्सरे जोड़े है असी हो सरकारी दायरे तो करा रहे हैं नियरस्ट सानू जी कुतुडिंगा या टिब्बा मिल जाता असं उत्तर भेज देंगे। मैंने तो कोई किसी ने कोई कंप्लेट नहीं दी जी पता नहीं थोड़े को कि कंप्लेट आए जी किसी भी पेशेंट के रिलेटिव ने आके मेरे स्टाफ बारे यह कोई गल नहीं अगर कोई गल हैगी है तो मेरे ध्यान से लियाओ मैं उस स्टाफ को पूछता हूँ।